कचहरी गया ने हाउ कैन यू स्टॉप एनीबॉडी आई होल्ड अ कॉन्स्टिट्यूशनल पोस्ट आई एम द लीडर ऑफ द ऑपोजिशन तुसी कैसे रोक सकते हो ਤੁਸੀਂ ਕਿਸੇ ਨੂੰ ਮਿਲਣ ਵਾਸਤੇ ਇੱਥੇ ਕੋਈ ਲਾਰੈਂਸ ਮਿਸ਼ਨ ਹੋਈ ਆਇਆ ਤੁਹਾਨੂੰ ਮਿਲਣ ਨਹੀਂ ਕਿੰਨੇ ਬ ਕਰਨਾ ਇਸ ਗੱਲ ਸਾਰੇ ਦਰਵਾਜ਼ੇ ਬੰਦ ਕਰ ਲਓ ਦਰਵਾਜ਼ੇ ਬੰਦ ਕਰ ਲਿਆ ਕੁੰਡੇ ਲਾ ਲਏ ਪੁਲਿਸ ਵਾਲਿਆਂ ਨੂੰ ਅੱਗੇ ਕਰ ਲਿਆ ਤੁਸੀਂ ਕਚਹਿਰੀ ਦੇ ਵਿੱਚ ਵੀ ਤਰੀਕ ਤੇ ਆਏ ਨੂੰ ਵੀ ਨਹੀਂ ਮਿਲਦੇ ਰਹੇ ਜੀ ਇਸ ਤੋਂ ਮਾੜਾ ਹੋਰ ਕੀ ਹੋ ਸਕਦਾ ਭਗਵੰਤ ਮਾਨ ਇਹ ਜੋ ਕੁਝ ਤੂੰ ਕਰ ਰਿਹਾ ਪੰਜਾਬ ਦੇ ਲੋਕ ਤੇ ਦਿਲਾਂ ਤੇ ਇੱਕ ਇੱਕ ਚੀਜ਼ ਲਿਖੀ ਜਾ ਰਹੀ ਹੈ ਇੱਕ ਆਜ਼ਾਦ ਹੈ ਨਾ ਦੇਸ਼ ਦੇ ਵਿੱਚ ਆ ਵੀ ਸਟੇਇੰਗ ਇਨ ਅਫਗਾਨਿਸਤਾਨ ਇਹ ਤਾਲਿਬਾਨੀ ਰਾਜ ਹੈ ਇਹ ਉਹ ਪਾਰਟੀ ਵਿਦ ਡਿਫਰੈਂਸ ਜਿਹੜੀ ਕਹਿੰਦੀ ਸੀ ਅਸੀਂ ਬਦਲਾਵ ਵਾਲੀ ਸਰਕਾਰ ਹੈ ਕੋਈ ਤਰੀਕਾ ਜੀ ਇਹ ਕੀ ਸਮਝਦੇ ਨੇ ਕਿ ਇਹਦੇ ਨਾਲ ਡਰਾ ਲੈਣਗੇ ਪੋਲੀਟੀਕਲ ਜਮਾਤਾਂ ਨੂੰ ਪੰਜਾਬੀਆਂ ਨੂੰ ਡਰਾ ਲੈਣਗੇ ਇਹ ਕੋਈ ਤਰੀਕਾ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹੂੰਗਾ ਭਗਵੰਤ ਮਾਨ ਭੁੱਲਣਾ ਉਹ ਵੀ ਦਿਨ ਆਣਾ ਜਦੋਂ ਤੂੰ ਬਾਹਰ ਹੋਣਾ ਇਹ ਜਿਹੜਾ ਤੁਸੀਂ ਇੱਕ ਨਵਾਂ ਸਿਸਟਮ ਕੀਤਾ ਐਂਡ ਸਪੈਸ਼ਲੀ ਮੈਂ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਕਹਿਣਾ ਚਾਹੁੰਦਾ ਇਹ ਪਬਲਿਕ ਪ੍ਰੈਮਿਸਿਸ ਨੇ ਕਚਹਿਰੀਆਂ ਨੇ ਹਾਊ ਕੈਨ ਯੂ ਸਟਾਪ ਐਨੀਬਾਡੀ ਆਈ ਹੋਲਡ ਅ ਕਨਸਟੀਟਿਊਸ਼ਨਲ ਪੋਸਟ ਆਈ ਐਮ ਦੀ ਲੀਡਰ ਆਫ ਦ ਆਪੋਜੀਸ਼ਨ ਤੁਸੀਂ ਕਿਸੇ ਰੋਕ ਸਕਦੇ ਹੋ ਤੁਸੀਂ ਕਿਸੇ ਨੂੰ ਮਿਲਣ ਵਾਸਤੇ ਇੱਥੇ ਕੋਈ ਲਾਰੈਂਸ ਮਿਸ਼ਨ ਹੋਈ ਆਇਆ ਜੀ ਸੁਖਪਾਲ ਸਿੰਘ ਖਹਿਰਾ ਸਾਡਾ MLA ਹੈ ਰਿਸਪੈਕਟਿਵ MLA ਹੈ ਤੀਜੀ ਵਾਰ MLA ਬਣੇ ਨੇ ਲੀਡਰ ਆਫ ਦੀ ਆਪੋਜੀਸ਼ਨ ਰਹਿ ਚੁੱਕੇ ਨੇ ਅੱਜ ਉਹਨਾਂ ਦੀ ਤਰੀਕ ਤੇ ਸਾਡਾ ਜਮਹੂਰੀ ਹੱਕ ਜਿਹੜਾ ਉਹ ਪੰਜਾਬ ਲਈ ਆ ਜਿਹੜੀ ਹੈ ਪੰਜਾਬ ਗਵਰਨਮੈਂਟ ਰੋਕ ਰਹੀ ਹੈ ਤੁਹਾਨੂੰ ਮਿਲਣ ਨਹੀਂ ਦੇਣਾ ਮੈਂ ਕੰਡੈਮ ਕਰਨਾ ਇਸ ਗੱਲ ਸਾਰੇ ਦਰਵਾਜ਼ੇ ਬੰਦ ਕਰ ਲਓ ਦਰਵਾਜ਼ੇ ਬੰਦ ਕਰ ਲਿਆ ਕੁੰਡੇ ਲਾ ਲਿਆ ਪੁਲਿਸ ਵਾਲਿਆਂ ਨੂੰ ਅੱਗੇ ਕਰ ਲਿਆ ਇਹ ਕੋਈ ਤਰੀਕਾ ਹੈ ਜੀ ਤੁਸੀਂ ਕਚਹਿਰੀ ਦੇ ਵਿੱਚ ਵੀ ਤਰੀਕ ਤੇ ਆਏ ਨੂੰ ਵੀ ਨਹੀਂ ਮਿਲਦੇ ਰਹੇ ਜੀ ਇਸ ਤੋਂ ਮਾੜਾ ਹੋਰ ਕੀ ਹੋ ਸਕਦਾ ਜੀ ਮੈਂ ਕੰਡੈਮ ਕਰ ਰਿਹਾ ਵਿਸ਼ੇਸ਼ ਤੌਰ ਮੈਂ ਭਗਵੰਤ ਮਾਨ ਨੂੰ ਇਹ ਗੱਲ ਕਹਿੰਦਾ ਇਹ ਦਿਨ ਦੂਰ ਨਹੀਂ ਭਗਵੰਤ ਮਾਨ ਇਹ ਜੋ ਕੁਝ ਤੂੰ ਕਰ ਰਿਹਾ ਪੰਜਾਬ ਦੇ ਲੋਕ ਤੇ ਦਿਲਾਂ ਤੇ ਇੱਕ ਇੱਕ ਚੀਜ਼ ਲਿਖੀ ਜਾ ਰਹੀ ਹੈ ਤੁਹਾਨੂੰ ਇਹਦੀ ਕੀਮਤ ਬਹੁਤ ਵੱਡੀ ਅਦਾ ਕਰਨੀ ਪੈਣੀ ਹੈ ਵਿਸ਼ੇਸ਼ ਤੌਰ ਉਹਨਾਂ ਅਫਸਰਾਂ ਨੂੰ ਮੈਂ ਵਾਰਨ ਕਰਨਾ ਚਾਹੁੰਦਾ ਜਿਹੜੇ ਹੱਥ ਟੋਕੇ ਬਣੇ ਨੇ ਜਿਹੜੇ ਝੂਠੇ ਕੇਸ ਦਰਜ ਕਰ ਰਹੇ ਨੇ ਜਿਹੜੇ ਚੰਗੇ ਭਲੇ ਆਦਮੀਆਂ ਦੀ ਦਸਤਾਰ ਨੂੰ ਹੱਥ ਪਾ ਰਹੇ ਨੇ ਪੰਜਾਬ ਦੇ ਵਿੱਚ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਇੱਕ ਵਕਤ ਆਏਗਾ ਈਵਨ ਯੂ ਵਿਲ ਹੈਵ ਟੂ ਪੇ ਅ ਪ੍ਰਾਈਸ ਫॉर ਸਰ ਹੁਣ ਜਦੋਂ ਤੁਸੀਂ ਇੱਥੇ ਪਹੁੰਚੇ ਹੋ ਤੁਹਾਨੂੰ ਅੱਗੋਂ ਕੀ ਜਵਾਬ ਦਿੱਤਾ ਗਿਆ ਤੁਸੀਂ ਜਵਾਬ ਕੀ ਦਿੱਤਾ ਦਰਵਾਜ਼ੇ ਬੰਦ ਕਰ ਦਿੱਤੇ ਕਿ ਹੋਰ ਕੀ ਇੱਥੇ ਦੇਣਾ ਸੀ ਗੇਟ ਬੰਦ ਕਰਤੇ ਗੇਟ ਬੰਦ ਕਰਤੇ ਤੇ ਆ ਸਭ ਅੰਦਰ ਇੱਕ ਖਲੋਤਾ ਸੀ ਪਤਾ ਨਹੀਂ ਕਿਹੜਾ ਸ਼ਰਮਾ ਉਹ ਏਆਰ ਸ਼ਰਮਾ ਹੋਈ ਜਿਹੜਾ ਫੜ ਕੇ ਲਿਆ ਜੀ ਉਹ ਕੋਈ ਫੜ ਕੇ ਲਿਆ ਚਲੋ ਜਿਹੜਾ ਵੀ ਆਇਆ ਉਹ ਕੋਈ ਗੱਲ ਹੀ ਨਹੀਂ ਹੈ ਇਹ ਕੋਈ ਤਰੀਕਾ ਹੈ ਜੀ ਇੱਕ ਆਜ਼ਾਦ ਹੈ ਨਾ ਦੇਸ਼ ਦੇ ਵਿੱਚ ਆ ਵੀ ਸਟੇਇੰਗ ਇਨ ਅਫਗਾਨਿਸਤਾਨ ਇਹ ਤਾਲਿਬਾਨੀ ਰਾਜ ਹੈ ਮੇਰਾ ਜ਼ਬੂਰੀ ਹੱਕ ਹੈ ਮੇਰਾ ਪੂਰਾ ਹੱਕ ਹੈ ਐਜ਼ ਲੀਡਰ ਆਫ ਦੀ ਆਪੋਜੀਸ਼ਨ ਆਈ ਹੋਲਡ ਅ ਕਨਸਟੀਟਿਊਸ਼ਨਲ ਪੋਸਟ ਦੈਟ ਆਫ ਅ ਕੈਬਨਿਟ ਮਿਨਿਸਟਰ ਹਾਊ ਕੈਨ ਯੂ ਸਟਾਪ ਮੀ ਕਿਸਾ ਮੈਨੂੰ ਰੋਕ ਸਕਦੇ ਨੇ ਇੱਥੇ ਆਉਣ ਤੋਂ ਸ਼ਾਹ ਸੁਖਪਾਲ ਸਿੰਘ ਖਹਿਰਾ ਨਾ ਕੰਪਲੀਟਲੀ ਨਜਾਇਜ਼ ਝੂਠਾ ਫਰਾਡ ਇਹਨਾਂ ਨੇ ਬਣਾਇਆ ਇਹੀ ਚੀਫ ਮਿਨਿਸਟਰ ਦੀਆਂ ਆਪਣੀਆਂ ਸਟੇਟਮੈਂਟਾਂ ਪੜ੍ਹ ਲਓ ਇਕੋ ਤਰੀਕਾ ਜੀ ਇਹ ਤਾਂ ਸਰ ਕਿਹੜੇ ਗੇਟ ਤੋਂ ਐਂਟਰੀ ਕਰਾਈ ਗਈ ਸੀ ਕਿ ਸੁਪਾਲ ਸਿੰਘ ਖਹਿਰਾ ਨੂੰ ਲਿਆਂਦਾ ਗਿਆ ਸੀ ਮੈਨੂੰ ਕੀ ਪਤਾ ਕਿਹੜੇ ਗੇਟ ਤੋਂ ਆਏ ਨੇ ਮੈਂ ਸਰ ਅੱਗੇ ਹੁਣ ਤੁਹਾਡਾ ਕੀ ਸਟੈਪ ਹੋਏਗਾ ਜਿਸ ਤਰ੍ਹਾਂ ਦਾ ਸਟੈਪ ਛੋਟੇ ਵੀ ਤਰੀਕ ਤੇ ਆਇਆ ਸਟੈਪ ਮੇਰਾ ਇੱਥੇ ਕੀ ਹੋਣਾ ਡੈਮੋਕਰੇਸੀ ਚ ਕੀ ਸਟੈਪ ਹੁੰਦਾ ਲੋਕਾਂ ਦੇ ਥਰੂ ਸਾਡੀ ਲੜਾਈ ਹੈ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਕਿ ਆ ਇਹਨਾਂ ਦੇ ਤੌਰ ਤਰੀਕੇ ਵੇਖੋ ਇਹ ਉਹ ਪਾਰਟੀ ਵਿਦ ਡਿਫਰੈਂਸ ਜਿਹੜੀ ਕਹਿੰਦੀ ਸੀ ਅਸੀਂ ਬਦਲਾਵ ਵਾਲੀ ਸਰਕਾਰ ਹੈ ਕੋਈ ਤਰੀਕਾ ਜੀ ਮੱਸੇ ਰੰਗੜ ਵਾਲੇ ਇਹਨਾਂ ਦੇ ਕੰਮ ਨੇ ਜੋ ਇਹਨਾਂ ਤੌਰ ਤਰੀਕਾ ਰੱਖਿਆ ਮੈਂ ਤੁਹਾਨੂੰ ਦੱਸਿਆ ਵੱਡੀ ਕੀਮਤ ਆਪ ਦੀ ਲੀਡਰਸ਼ਿਪ ਨੂੰ ਵੱਡੀ ਕੀਮਤ ਇਹਨਾਂ ਪੁਲਿਸ ਅਫਸਰਾਂ ਨੂੰ ਮੈਨੂੰ ਪ੍ਰੀ ਵਾਰਨ ਕਰਨਾ ਇਹ ਜੋ ਤੁਸੀਂ ਕੀਤਾ ਤੇ ਜੋ ਤੁਸੀਂ ਕਰ ਰਹੇ ਹੋ ਜਿਹੜੇ ਹੱਥ ਟੋਕੇ ਬਣੇ ਆ ਯੂ ਵਿਲ ਹੈਵ ਟੂ ਪੇ ਅ ਵੈਰੀ ਹੈਵੀ ਪ੍ਰਾਈਸ ਫॉर ਦਿਸ ਸਮਗਲਿੰਗ ਦੇ ਦੋਸ਼ ਲੱਗੇ ਆ ਜੀ ਸੁਖਪਾਲ ਸਿੰਘ ਖਹਿਰਾ ਤੇ ਇਹ ਉਦੋਂ ਨਹੀਂ ਸੀ ਲੱਗੇ 2015 ਚ ਜਦੋਂ ਟਿਕਟ ਦਿੱਤੀ ਹੈ ਜਦੋਂ ਭਗਵੰਤ ਨੇ ਰਿਕਮੈਂਡ ਕਰਕੇ ਕੇਜਰੀਵਾਲ ਕੋ ਟਿਕਟ ਦਵਾਈ ਉਦੋਂ ਇਹ ਦੋਸ਼ ਨਹੀਂ ਸੀ ਸਾਲ ਬਾਅਦ ਯਾਰ ਮੈਨੂੰ ਪਤਾ ਸਾਰੀ ਗੱਲ ਦਾ ਸਾਲ ਬਾਅਦ ਇਹਨੂੰ ਫਿਰ ਲੀਡਰ ਆਫ ਆਪੋਜੀਸ਼ਨ ਬਣਾਇਆ ਉਦੋਂ ਇਹਨਾਂ ਨੂੰ ਇਹ ਦੋਸ਼ ਨਹੀਂ ਸੀ ਜੀ ਹੁਣ ਇਹਨੂੰ 8ਵੇਂ ਸਾਲ ਯਾਦ ਆਏ ਨੇ ਇਸ ਨੇ ਆਪ ਸਫਾਈਆਂ ਦਿੱਤੀਆਂ ਮੇਰੇ ਕੋਲ ਇੱਥੇ ਵੀਡੀਓ ਪਈ ਜਿਹਦੇ ਵਿੱਚ ਭਗਵੰਤ ਨੇ ਆਪ ਸਫਾਈ ਦਿੱਤੀ ਹੈ ਕਿ ਬਿਲਕੁਲ ਬਦਲਾ ਖੋਰੀ ਨਾਲ ਕੇਸ ਬਣਿਆ ਮੈਂ FIR ਪੜ੍ਹੀ ਉਹਦੇ ਵਿੱਚ ਕੁਝ ਨਹੀਂ ਆਂਦੇ ਟਾਈਮ ਵਿੱਚ ਕਚਹਿਰੀਆਂ ਜਿਹੜੀਆਂ ਨੇ ਇਹਨੂੰ ਬਕਾਇਦਾ ਤੌਰ ਜਸਟਿਸ ਦੇਣਗੀਆਂ ਉਹੀ ਭਗਵੰਤ ਮਾਨ ਅੱਜ ਇਹ ਕੀ ਸਮਝਦੇ ਨੇ ਕਿ ਇਹਦੇ ਨਾਲ ਡਰਾ ਲੈਣਗੇ ਪੋਲੀਟੀਕਲ ਜਮਾਤਾਂ ਨੂੰ ਪੰਜਾਬੀਆਂ ਨੂੰ ਡਰਾ ਲੈਣਗੇ ਇਹ ਤੇ ਉਸ ਕਿਸੇ ਖੇਤ ਦੀ ਮੂਲੀ ਹੈ ਨਹੀਂ ਜੀ ਇਹ ਕੀ ਸਾਨੂੰ ਡਰਾਏਗਾ ਜੀ ਮੈਂ ਇਹਨੂੰ ਬਹੁਤ ਕੰਡੈਮ ਕਰਨਾ ਇਸ ਗੱਲ ਨੂੰ ਮੈਂ ਸਿੱਧਾ ਫਰੀਦਕੋਟ ਦੇ ਆਪਣੇ ਧਰਨੇ ਤੋਂ ਬਾਅਦ ਜਿਹੜਾ ਨਸ਼ਿਆਂ ਦੇ ਖਿਲਾਫ ਧਰਨਾ ਸਿੱਧਾ ਮੈਂ ਇੱਥੇ ਆਇਆ ਕੋਈ ਤਰੀਕਾ ਜੋ ਇਹਨਾਂ ਨੇ ਅਡੋਪਟ ਕੀਤਾ ਜੀ ਹਰ ਆਦਮੀ ਨੂੰ ਪੂਰਨ ਹੱਕ ਹੈ ਐਂਡ ਮੈਂ ਰਿਸਪੈਕਟੇਬਲ ਪੋਜੀਸ਼ਨ ਦੇ ਵਿੱਚ ਆ ਇਹ ਬੰਦਾ ਕੌਣ ਹੈ ਜਸਟ ਟੈਲ ਮੀ ਕਿ ਇਹ ਕਿਸ ਐਕਟ ਦੇ ਵਿੱਚ ਹੈ
ਪੋਲੀਟੀਕਲ ਕਨਸੀਡਰੇਸ਼ਨਸ ਵਾਸਤੇ ਤੁਸੀਂ ਇੱਕ ਬੰਦੇ ਨੂੰ ਗ੍ਰਿਫਤਾਰੀ ਕੀਤੀ ਹੈ, ਉਹਦੇ ਪਾਰਟੀ ਦੇ ਕੁਲੀਗ, ਮੈਂ CLP ਦਾ ਲੀਡਰ ਹਾਂ, ਮੇਰਾ MLA, ਤੁਸੀਂ ਮੈਨੂੰ ਇਹ ਜਮਹੂਰੀ ਹੱਕ ਨਹੀਂ ਦੇ ਰਹੇ ਉਹਦਾ ਮੁਲਾਕਾਤ ਕਰਨ ਦਾ। ਅਸੀਂ ਇਹਦੀ ਮੁਲਾਕਾਤ ਹੀ ਕਰਨੀ ਸੀ, ਇਹਦੀ ਪ੍ਰੈਜੈਂਸ ਆਫ ਦੀ ਪੁਲਿਸ ਕਰਨੀ ਸੀ। ਤੁਸੀਂ ਕੋਈ ਇਨਫੋਰਮ ਕੀਤਾ ਸੀ ਪਹਿਲੇ? ਮੈਨੂੰ ਇਨਫੋਰਮ ਕਰਨ ਦੀ ਕੀ ਲੋੜ ਹੈ ਇਹਨਾਂ ਨੂੰ ਜੀ? अगवा करके ले जाना सी, कोई तरीका थोड़ा कि जे पुलिस रिमांड, पुलिस रिमांड व्हाट डज इट मीन? पुलिस रिमांड डज नॉट मीन कि तुसी अपने कलीग्स नूं भी मिलन दी इजाजत नहीं दोगे। सर एक बार पहला भी तुसी आ चुके हो, उदो भी तुहानू मिलन नहीं दिता गया, दूसरी बार ये काम होया, सेकंड टाइम इस तरह नाल नहीं समझो। इट शोज, बेसिकली इट शोज द कन्फ्यूजन ऑफ द गवर्नमेंट। हाथ पैर इन्हां दे कंब रहे ने, गलत काम कीता इन्हां ने, इन्हां नूं ये नहीं पता कि इह रस्ता की अपनाई है, इहदे नाल की फर्क पै जाएगा? अहीं फिर तीजी वार आवांगे, किन्नी वार रोकणगे मैनूं, किन्नी वार पंजाब दी आवाज़ नूं इह रोकणगे? की तरीका कोई जी? तुसीं मैनूं दसो वट काइंड ऑफ क्रिमिनल इज़ ही? जेडे असल क्रिमिनल ने जेलां च बैठे उन्हां नूं तो कोई पुछदा नहीं, उहदे नाल जिहड़ा मर्जी मुलाकात कर ले, उह जदों मर्जी टीवी दीआं इंटरव्यूआं दे लैण, उहदे नाल इहनां कोल रोकियां गईआं ने। मैनूं तां इत्थों तक पता लगा, जिहड़ा सारिआं नूं मैं समझना ह्यूमन राइट्स दे अगेंस्ट है, कि सुखपाल सिंह खैरे दी बैरक दे विच कैमरा लाया, बैरक दे विच कैमरा ला के, मेरा मतलब इस तों कोई घटिया काम कोई होर हो सकदा है? एंड रात बराते इहनां दे जिहड़े टॉप आप दी टीम है, ਉਹ ਵੇਖਦੀ ਰਾਤ ਕਿ ਹੁਣ ਸੌਂ ਗਿਆ, ਉੱਠਿਆ, ਕੀ ਕਰਦਾ ਕੀ ਨਹੀਂ ਕਰ ਸਕਦਾ? ਇਸ ਤੋਂ ਘਟੀਆ, ਇਸ ਤੋਂ ਕਮੀਨੀ ਹਰਕਤ ਪੰਜਾਬ ਦੇ ਇਤਿਹਾਸ 'ਚ ਮੈਂ ਨਹੀਂ ਸਮਝਦਾ। ਨਾ ਇਹਨੇ 'ਚ ਮੰਗਣ, ਵੇਖੋ ਲੀਡਰਸ਼ਿਪ ਹੁੰਦੀ ਮੰਗਨਾਨਮਸ, ਵੱਡੇ ਦਿਲ ਵਾਲੀ, ਛੋਟੇ ਦਿਲ ਵਾਲੇ ਲੀਡਰ ਜਿਹੜੇ ਨੇ ਉਹ, ਮੈਂ ਸਮਝਦਾ ਕਿ ਅਨਫੋਰਚੁਨੇਟ ਹੋਇਆ ਪੰਜਾਬ ਨੇ ਜਿਹੜੀ ਇਹ ਤਬਦੀਲੀ ਲੈ ਕੇ ਆਉਂਦੀ, ਇਹ ਪੰਜਾਬ ਨੂੰ ਬਹੁਤ ਮਹਿੰਗੀ ਪੈਣੀ, ਇਹਨਾਂ ਨੂੰ ਵੀ ਮਹਿੰਗੀ ਪੈਣੀ, ਪੰਜਾਬ ਨੂੰ ਤੇ ਮਹਿੰਗੀ ਪੈਣੀ ਪੈਣੀ ਹੈ, ਬਟ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਮਹਿੰਗੀ ਪੈਣੀ ਹੈ। ਦੇਣ ਸੇਮ ਨਹੀਂ ਰਹਿਣੇ, ਕਦੀ ਵੀ ਨਹੀਂ ਤੇ। ਸਰ ਜਿਹੜਾ ਗੱਠਜੋੜ ਹੋਣ ਦੀਆਂ ਗੱਲਾਂ ਹੋ ਰਹੀਆਂ, ਉਹ ਤੁਸੀਂ ਛੱਡੋ ਯਾਰ ਗੱਠਜੋੜ ਨੂੰ। ਥੈਂਕ ਯੂ ਸਰ।